ਤੋਂ ਅਸੀਂ ਪਹੁੰਚੇ ਹਾਂ ਇਸ ਸਮੇਂ ਗੁਰੂਕੁਲ ਸਕੂਲ ਆ, ਜੋ ਕਿ ਬੜਾ ਫੇਮਸ ਹੈ, ਜਿਹੜਾ ਕੋਈ ਗੁਰੂਕੁਲ ਸਕੂਲ ਜਿਹੜਾ ਕਾਫੀ ਜਿਹੜਾ ਉਪਲਬਧੀਆਂ ਹਾਸਲ ਕਰ ਚੁੱਕਾ ਹੁਣ ਤੱਕ। ਲੇਕਿਨ ਅੱਜ ਫਿਰ ਇੱਕ ਉਪਲਬਧੀ ਜਿਹੜੀ ਹਾਸਲ ਕੀਤੀ ਹੈ ਸਕੂਲ ਦੇ ਬੱਚੇ ਨੇ, ਇੱਕ ਵਿਦਿਆਰਥੀ ਹੈਗਾ ਬੱਚਾ ਥਰਡ ਕਲਾਸ 'ਚ ਪੜ੍ਹਦਾ ਰਮਨੀਤ ਸਿੰਘ, ਜੋ ਕਿ ਅਸੀਂ ਇੱਕ ਸਾਲ ਪਹਿਲਾਂ ਵੀ ਇਸ ਬੱਚੇ ਦੀ ਸਟੋਰੀ ਸੁਣਾਈ ਸੀ, ਤੁਹਾਨੂੰ ਦਿਖਾਈ ਸੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ, ਜਿਸ ਵਿੱਚ ਬੱਚੇ ਨੇ ਇੱਕ ਗੋਲਡ ਮੈਡਲ ਜਿਹੜਾ ਲੈ ਕੇ ਸਕੂਲ ਦੇ ਵਿੱਚ ਵਾਪਸ ਕੀਤੀ ਸੀ। ਅੱਜ ਫਿਰ ਇੱਕ ਬੜਾ ਹੀ ਭਾਗਾਂ ਵਾਲਾ ਦਿਨ ਅਸੀਂ ਕਹਾਂਗੇ, ਪਰਿਵਾਰਕ ਮੈਂਬਰ ਨਾਲ ਆ, ਸਕੂਲ ਦਾ ਸਟਾਫ ਵੀ ਨਾਲ ਆ ਬੱਚੇ ਦੇ ਨਾਲ, ਜੋ ਕਿ ਬੱਚਾ ਗੋਆ ਤੋਂ ਗੋਲਡ ਮੈਡਲ ਲੈ ਕੇ ਜਿਹੜਾ ਸਕੂਲ ਦੇ ਵਿੱਚ ਪਹੁੰਚਿਆ, ਜਿਹਦਾ ਬਹੁਤ ਹੀ ਸਕੂਲ ਵੱਲੋਂ ਵੈਲਕਮ ਕੀਤਾ ਗਿਆ। ਪ੍ਰਿੰਸੀਪਲ ਸਾਹਿਬ ਨਾਲ ਨਾ ਸਾਡੇ ਪੂਰੇ ਸਟਾਫ ਮੈਂਬਰ ਨਾਲ ਨਾ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਪਹੁੰਚੇ ਨਾ, ਬਹੁਤ ਹੀ ਵਧੀਆ ਅਤੇ ਬਹੁਤ ਹੀ ਭਾਗਾਂ ਵਾਲਾ ਦੇਣਾ ਕਿ ਰਵਨੀਤ ਸਿੰਘ, ਜੋ ਕਿ ਬੱਚਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਹੀ ਵੱਡੀਆਂ ਉਪਲਬਧੀਆਂ ਹਾਸਲ ਕਰ ਚੁੱਕਿਆ। ਅੱਜ ਬੱਚਾ ਪਹੁੰਚਿਆ ਸਕੂਲ ਦੇ ਵਿੱਚ ਰਵਨੀਤ ਸਿੰਘ, ਜਿਹਦੇ ਗਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਨੇ ਕਿੰਨੇ ਜਿਹੜੇ ਮੈਡਲ ਨੇ ਉਹ ਪਾਏ ਹੋਏ ਆ। ਇੱਕ ਬਹੁਤ ਹੀ ਸਾਡੇ ਲਈ ਬਹੁਤ ਹੀ ਉਪਲਬਧੀ ਬੱਚਾ ਹਾਸਲ ਕਰਕੇ ਲੈ ਕੇ ਆਇਆ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਬੱਚੇ ਨੂੰ ਅੱਜ ਤੱਕ ਕਿਸੇ ਵੀ ਲੀਡਰ ਨੇ, ਕਿਸੇ ਵੀ ਸਰਕਾਰੀ ਅਦਾਰੇ ਵੱਲੋਂ, ਕਿਸੇ DC ਸਾਹਿਬ ਵੱਲੋਂ, ਕਿਸੇ ਮੰਤਰੀ ਵੱਲੋਂ, ਕਿਸੇ ਸਰਕਾਰ ਵੱਲੋਂ ਕੋਈ ਵੀ ਬੱਚੇ ਨੂੰ ਜਿਹੜਾ ਅੱਜ ਤੱਕ ਹੌਸਲਾ ਅਫਜਾਈ ਨਹੀਂ ਕੀਤੀ ਗਈ। ਪਰਿਵਾਰ ਦੀ ਜਿਹੜੀ ਹਾਲਤ ਹੈ ਬਹੁਤ ਹੀ ਨਾਜ਼ੁਕ ਹਾਲਤ ਹੈ, ਬੱਚੇ ਦੀ ਜਿਹੜੀ ਹੈ ਮਤਲਬ ਕਿ ਪੜ੍ਹਾਈ ਦਾ ਜਿਹੜਾ ਖਰਚਾ ਕਰਨਾ ਵੀ ਬੜਾ ਔਖਾ ਹੋ ਚੁੱਕਿਆ। ਲੇਕਿਨ ਬੱਚੇ ਦਾ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬੱਚਾ ਜੇ ਅੱਜ ਗੋਆ ਤੋਂ ਵੀ ਹੋ ਕੇ ਆਇਆ ਤਾਂ ਗੋਆ ਉਹ ਪਰਿਵਾਰਕ ਮੈਂਬਰ ਜਿਹੜੇ ਆਪਣੇ ਖਰਚੇ ਦੇ ਬੱਚੇ ਨੂੰ ਉੱਥੇ ਭੇਜਦੇ ਨੇ, ਬੱਚੇ ਬੱਚਾ ਆਪਣੇ ਖਰਚੇ 'ਤੇ ਹੋ ਕੇ ਉੱਥੋਂ ਆਇਆ, ਕਿੰਨਾ ਖਰਚਾ ਬੱਚੇ ਦਾ ਹੋਇਆ ਹੋਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇਗੀ, ਉਹਦੇ ਨਾਲ ਉਹਨਾਂ ਦੇ ਕੋਚ ਸਾਹਿਬ ਵੀ ਨਾਲ ਨਾ। ਭਾਅ ਜੀ ਕੀ ਨਾਮ ਤੁਹਾਡਾ? ਰਮਨ ਕੁਮਾਰ ਜੀ। ਰਮਨ ਕੁਮਾਰ ਜੀ ਨਾਲ ਨਾ, ਉਹਨਾਂ ਨੇ ਬਹੁਤ ਮਿਹਨਤ ਕਰਾਈ ਬੱਚੇ ਨੂੰ, ਜਿਹੜਾ ਬੱਚਾ ਅੱਜ ਇੱਥੇ ਤੱਕ ਪਹੁੰਚਿਆ, ਕਿਉਂਕਿ ਗੋਆ ਤੋਂ ਮੈਡਲ ਲੈ ਕੇ ਆਉਣਾ ਇੱਕ ਬੜੀ ਵੱਡੀ ਗੱਲ ਸਾਡੇ ਲਈ, ਬੜੀ ਮਾਣ ਵਾਲੀ ਗੱਲ ਹੈ ਕਿ ਸਕੂਲ ਗੁਰੂਕੁਲ ਸਕੂਲ ਦਾ ਇੱਕ ਵਿਦਿਆਰਥੀ ਜਿਹੜਾ ਉਹ ਅੱਗੇ ਮੈਡਲ ਲੈ ਕੇ ਸਕੂਲ ਦੇ ਵਿੱਚ ਪਹੁੰਚਿਆ, ਜਿੱਥੇ ਅੱਜ ਪਰਿਵਾਰਕ ਮੈਂਬਰ ਔਰ ਸਟਾਫ ਨਾਲ ਨਾ ਪ੍ਰਿੰਸੀਪਲ ਰੇਨੂ ਕਸਬ ਜੀ ਨਾਲ ਨਾ ਉਹਨਾਂ ਕੋਲ ਗੱਲ ਕਰਦੇ ਹਾਂ। ਮੈਡਮ, ਅੱਜ ਕਿੱਦਾਂ ਦਿਨ ਤੋਂ ਲੱਗ ਰਿਹਾ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਤੁਸੀਂ ਅੱਜ? ਓਬੀਅਸਲੀ ਬਹੁਤ ਪ੍ਰਾਊਡ ਫੀਲ ਕਰ ਰਹੀ ਹਾਂ, ਕਿਉਂਕਿ ਦੀਨਾਨਗਰ ਛੋੜ ਕਰਕੇ ਡਿਸਟ੍ਰਿਕਟ ਗੁਰਦਾਸਪੁਰ ਮੈਂ ਇਹ ਇੱਕ ਸਿੰਗਲ ਬੱਚਾ ਹੈ ਜੋ ਅਭੀ ਤੱਕ ਇੰਟਰਨੈਸ਼ਨਲ ਲੈਵਲ ਕੇ ਉੱਪਰ ਗੋਲਡ ਮੈਡਲ ਲੈ ਕਰਕੇ ਆਇਆ। ਔਰ ਇਸਕੇ ਦੇਖੋ ਕਿ ਕੋਈ ਵੀ ਮੈਡਲ ਦੇਖੋਗੇ, ਇਤਨੇ ਜ਼ਿਆਦਾ ਮੈਡਲ, ਸਭਕੇ ਸਭ ਗੋਲਡ ਹੈ। ਔਰ ਖੁਸ਼ੀ ਤਾਂ ਹੋਤੀ ਹੈ, ਪਰ ਥੋੜ੍ਹਾ ਸਾ ਦੁੱਖ ਵੀ ਹੈ ਕਿ ਇਸ ਬੱਚੇ ਕੋ ਲੈ ਕਰਕੇ ਹਮ ਕੋਈ ਪ੍ਰਮੋਸ਼ਨ ਕਰ ਨਹੀਂ ਪਾ ਰਹੇ, ਜਿਤਨੀ ਇਸੇ ਮਦਦ ਜਾਣੀ ਚਾਹੀਏ ਵੋ ਹੈ ਨਹੀਂ। ਜਿਤਨਾ ਵੀ ਹੈ ਪੇਰੈਂਟਸ ਕੇ ਉੱਪਰ ਹੈ, ਖਰਚਾ ਵੀ ਵਹੀ ਕਰਤੇ ਹੈ, ਔਰ ਇਸਕੇ ਪਾਪਾ ਕਾਰਪੈਂਟਰ ਹੈ, ਤੋ ਕਿਤਨਾ ਖਰਚਾ ਨਿਕਾਲ ਕਰਕੇ ਇਸ ਬੱਚੇ ਕੋ ਕਹਾਂ ਸੇ ਕਹਾਂ ਤੱਕ ਲੈ ਕੇ ਵੋ ਜਾ ਰਹੇ ਹੈ, ਯੇ ਵੀ ਆਪਣੇ ਆਪ ਮੇਂ ਬਹੁਤ ਬੜੀ ਬਾਤ ਹੈ। ਔਰ ਮੈਂ ਵੀ ਕੋਸ਼ਿਸ਼ ਕਰੂੰਗੀ, ਮੈਂ DC ਸਾਹਿਬ ਕੇ ਪਾਸ ਵੀ ਜ਼ਰੂਰ ਜਾਊਂਗੀ ਬੱਚੇ ਕੋ ਲੈ ਕਰਕੇ। ਔਰ ਈਵਨ ਕੋਚ ਰਮਨ ਜੀ ਕਾ ਮੈਂ ਬਹੁਤ ਬਹੁਤ ਧੰਨਵਾਦ ਕਰਤੀ ਹੂੰ ਕਿ ਇਹਨੋਨੇ ਇਤਨੀ ਮਿਹਨਤ ਕੀ ਪੰਜਾਬ ਮੇਂ। ਕਿਤਨੀ ਬੜੀ ਬਾਤ ਹੈ ਆਪਣੇ ਆਪ ਮੇਂ ਕਿ ਇਹ ਬੱਚਾ ਇੰਟਰਨੈਸ਼ਨਲ ਲੈਵਲ ਪੇ ਖੇਲ ਕਰਕੇ ਆਤਾ ਹੈ ਔਰ ਗੋਲਡ ਮੈਡਲ ਲੈ ਕਰਕੇ ਆਤਾ ਹੈ। ਔਰ ਇਸਕੀ ਮਾਤਾ ਕੀ ਤੋ ਮੈਂ ਹਮੇਸ਼ਾ ਪ੍ਰੇਸ ਕਰਤੀ ਹੂੰ ਕਿ ਬਹੁਤ ਮਿਹਨਤ ਕਰਾ ਰਹੇ ਹੈ, ਔਰ ਸਕੂਲ ਕਾ ਸਟਾਫ ਇਹ ਵੀ ਬੱਚੇ ਕੋ ਲੈ ਕਰਕੇ ਸਪੈਸ਼ਲ ਕੁਛ ਨਾ ਕੁਛ ਜ਼ਰੂਰ ਇਸ ਬੱਚੇ ਕੋ ਦੇਣੇ ਕੀ ਕੋਸ਼ਿਸ਼ ਕਰਤੇ ਹੈ। ਦੇਖਣ ਵਿੱਚ ਆਉਂਦਾ ਹੈ ਕਿ ਪੰਜਾਬ ਸਰਕਾਰਾਂ ਜਾਂ ਸੈਂਟਰ ਸਰਕਾਰਾਂ ਜਿਹੜੀਆਂ ਕਾਫੀ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਪੜ੍ਹਾਈ ਨੂੰ ਲੈ ਕੇ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ, ਸਕੂਲ ਜਿਹੜੇ ਵੱਡੇ 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 ਬਣਾ ਦਿੱਤੇ ਆ, ਬੱਚੇ ਜਿਹੜੇ ਨੇ ਜਿਹੜੇ ਗਰੀਬ ਬੱਚੇ ਨੇ, ਜਿਹੜੇ ਬੱਚੇ ਪੂਰੇ ਅਫੋਰਡ ਨਹੀਂ ਕਰ ਸਕਦੇ, ਉਹ ਬੱਚੇ ਕਈ ਵਾਰੀ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਆ ਜਾਂ ਇਹੋ ਜਿਹੇ ਪਾਰਟੀਸਪੇਟ ਕਰਨ ਤੋਂ ਵਾਂਝੇ ਰਹਿ ਜਾਂਦੇ ਆ। ਸਰਕਾਰਾਂ ਨੂੰ ਇਹਨਾਂ ਚੀਜ਼ਾਂ ਵੱਲ ਬਹੁਤ ਖਾਸ ਧਿਆਨ ਦੇਣਾ ਚਾਹੀਦਾ ਤਾਂ ਕਿ ਜੋ ਜਿਹੜੇ ਬੱਚੇ ਆ, ਦੇਖੋ ਜੇ ਹੁਣ ਬੱਚੇ ਦੀ ਗੱਲ ਕਰੀਏ ਤਾਂ ਬੱਚਾ ਇੱਕ ਕਾਫੀ ਪੂਰ ਫੈਮਿਲੀ 'ਚੋਂ ਬਿਲੋਂਗ ਕਰਦਾ, ਲੇਕਿਨ ਜੇ ਆਪਾਂ ਇਹਦੀ ਹੈਲਪ ਨਾ ਕਰਾਂਗੇ ਤਾਂ ਨੈਚੁਰਲੀ ਗੱਲ ਹੈ ਕਿ ਇਹ ਬੱਚਾ ਜਿਹੜਾ ਕੱਲ੍ਹ ਨੂੰ ਸਟਾਪ ਲਗਾ ਦੇਗਾ, ਇਹੋ ਜਿਹੇ ਪਾਰਟੀਸਪੇਟ ਕਰਨੇ ਬੰਦ ਕਰ ਦੇਗਾ। ਇਹਨਾਂ ਦੇ ਕੋਚ ਸਾਹਿਬ ਨਾਲ ਉਹਨਾਂ ਨਾਲ ਗੱਲ ਕਰਦੇ ਹਾਂ, ਭਾਅ ਜੀ ਕਿੰਨੀ ਕੁ ਮਿਹਨਤ ਕਰਨੀ ਪਈ ਔਰ ਅੱਜ ਕਿੱਦਾਂ ਦਾ ਪ੍ਰਾਊਡ ਫੀਲ ਹੋ ਰਿਹਾ? ਸਰ ਐਕਚੁਲੀ ਇਹ ਬੱਚਾ ਪਿਛਲੇ 4 ਸਾਲ ਤੋਂ ਮੇਰੇ ਕੋਲ ਗੇਮ ਕਰਦਾ ਆ ਰਿਹਾ, ਠੀਕ ਹੈ ਜੀ, ਉਹ 2 ਘੰਟੇ ਸਮੇਂ ਗੇਮ ਕਰਦਾ ਮੇਰੇ ਕੋਲ 4 ਤੋਂ 6, ਉਹ ਡੇਲੀ ਅਪ ਡਾਊਨ ਕਰਦਾ ਜੀ ਦੀਨਾਰ ਤੋਂ ਗੁਰਦਾਸਪੁਰ, ਠੀਕ ਹੈ ਜੀ।
ਔਰ ਇਹ ਬੱਚਾ ਆਪਣੇ ਵੇਟ ਵਿੱਚ ਇਸ ਟਾਈਮ ਗੋਆ ਖੇਡ ਕੇ ਆਇਆ ਕਰਾਟੇ ਇੰਟਰਨੈਸ਼ਨਲ ਟੂਰਨਾਮੈਂਟ, ਠੀਕ ਹੈ ਜੀ, ਗੋਆ 'ਚ ਆਪਣੇ ਵੇਟ 'ਚ ਬੱਚੇ ਨੇ ਗੋਲਡ ਮੈਡਲ ਮਾਰਿਆ ਜੀ ਉੱਥੇ ਨੇ, 'ਚ ਲਗਾਤਾਰ 4 ਫਾਈਟ ਜਿੱਤਿਆ ਬੱਚੇ ਨੇ ਜੀ, 4 ਫਾਈਟਾਂ। ਕਿੱਦਾਂ ਦਾ ਮਹਿਸੂਸ ਕਰ ਰਹੇ ਤੁਸੀਂ? ਸਰ ਬਹੁਤ ਵਧੀਆ ਜੀ। ਬਟ ਕੋਈ ਬੱਚਾ ਗੁਰਦਾਸਪੁਰ ਜ਼ਿਲ੍ਹੇ ਦਾ ਤੁਸੀਂ ਇੱਦਾਂ ਕੋਈ ਤਿਆਰ ਕੀਤਾ ਜਾਂ ਪਹਿਲਾ ਬੱਚਾ? ਨਹੀਂ ਸਰ, ਬੱਚੇ ਹੈਗੇ ਕਾਫੀ ਜੀ, ਹੋਰ ਸਕੂਲ ਦੇ ਬੱਚੇ ਕਰਦੇ ਆ ਜੀ। ਭਾਅ ਜੀ ਕੀ ਲੱਗਦਾ ਬੱਚੇ ਨੇ ਇੰਨੀ ਮਿਹਨਤ ਕੀਤੀ ਆ, ਤੁਸੀਂ ਵੀ ਨਾਲ ਮਿਹਨਤ ਕੀਤੀ ਆ, ਸਕੂਲ ਵੱਲੋਂ ਵੀ ਕਾਫੀ ਸਹਿਯੋਗ ਮਿਲਿਆ ਬੱਚੇ ਨੂੰ ਐਡੀ ਦੂਰ ਭੇਜਣਾ ਜਾਂ ਇਸ ਤਰ੍ਹਾਂ, ਲੇਕਿਨ ਬੱਚਾ ਖੁਦ ਆਪਣੇ ਖਰਚੇ 'ਤੇ ਜਾ ਰਿਹਾ, ਤੁਹਾਨੂੰ ਕੀ ਲੱਗਦਾ ਸਰਕਾਰਾਂ ਨੂੰ ਇਹਦੇ ਵਾਸਤੇ ਕੋਈ ਖਿਆਲ ਦੇਣਾ, ਧਿਆਨ ਦੇਣਾ ਚਾਹੀਦਾ? ਸਰ ਇਹ ਚੀਜ਼ ਤਾਂ ਬਿਲਕੁਲ ਹੀ ਸਹੀ ਕਹੀ ਆ ਜੀ, ਸਾਡੀ ਸਰਕਾਰਾਂ ਬਿਲਕੁਲ ਨਹੀਂ ਧਿਆਨ ਦੇ ਰਹੀਆਂ ਬੱਚੇ ਵੱਲ, ਜੇ ਕਰਕੇ ਜਿਹੜੇ ਮੋਸਟਲੀ ਬੱਚੇ ਸਪੋਰਟਸਮੈਨ ਵਿੱਚ ਨਾ ਪੁੱਠੇ ਕੰਮਾਂ 'ਚ ਪੈ ਜਾਂਦੇ ਆ, ਨਸ਼ਿਆਂ 'ਚ ਚੱਲ ਜਾਂਦੇ ਆ, ਜੇ ਸਰਕਾਰ ਸੋਚਦੀ ਹੋਵੇ ਤਾਂ ਬੱਚਾ ਕਿਉਂ ਜਾਵੇ ਮਾੜੇ ਕਮਾਲ। ਹੁਣ ਜਿੱਦਾਂ ਬੱਚਾ ਰੇ ਬੱਚੇ ਏਜ ਆ 8 ਸਾਲ ਹੀ, ਬੱਚਾ ਵਧੀਆ ਸਪੋਰਟਸਮੈਨ ਅੱਗੇ ਜਾ ਰਿਹਾ, ਖੇਡਣ ਜਾ ਰਿਹਾ, ਜੇ ਗਾਂਹ ਜਾ ਕੇ ਹੈਲਪ ਨਹੀਂ ਮਿਲੂਗੀ ਬੱਚੇ ਨੇ ਉਲਟਾ ਮੈਂ ਗੇਮ ਛੱਡਣੀ ਆ, ਠੀਕ ਹੈ ਜੀ, ਫਿਰ ਤਾਂ ਬੱਚੇ ਨੇ ਵਿਗੜਨਾ, ਹੋਰ ਕੁਛ ਨਹੀਂ ਹੋਣਾ, ਅਤੇ ਹੁਣ ਸਪੋਰਟ ਮਿਲੇਗੀ ਤਾਂ ਬੱਚਾ ਵਧੀਆ ਕੇ ਖੇਡੇਗਾ। ਤੋ ਹੋਰ ਵੀ ਪਰਿਵਾਰਕ ਮੈਂਬਰ ਨਾਲ ਹੈ, ਬੱਚੇ ਦੀ ਮਾਤਾ ਜੀ ਨਾਲ ਗੱਲ ਕਰਦੇ ਹਾਂ। ਭੈਣ ਜੀ ਦੱਸ ਦਿਓ, ਪਹਿਲਾਂ ਵੀ ਤੁਹਾਡੀ ਇੱਕ ਬੱਚੇ ਦੀ ਆਪਾਂ ਨਿਊਜ਼ ਆਪਣੇ ਚੈਨਲ 'ਤੇ ਟੈਲੀਕਾਸਟ ਕੀਤੀ ਸੀ, ਉਦੋਂ ਵੀ ਬੱਚਾ ਗੋਲਡ ਮੈਡਲ ਲੈ ਕੇ ਆਇਆ ਸੀ, ਅੱਜ ਬੱਚੇ ਨੇ ਫਿਰ ਇੱਕ ਬੜੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਕਿ ਗੋਆ ਤੋਂ ਮੈਡਲ ਲੈ ਕੇ ਆ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਔਰ ਕੀ ਸਰਕਾਰਾਂ ਵੱਲੋਂ ਤੁਹਾਨੂੰ ਸਹੂਲਤ ਮਿਲ ਰਹੀ ਹੈ? ਸਰਕਾਰ ਵੱਲੋਂ ਸਾਨੂੰ ਅੱਜ ਤੱਕ ਕੋਈ ਸਹੂਲਤ ਨਹੀਂ ਮਿਲੀ, ਸਕੂਲ ਵੱਲ ਸਾਨੂੰ ਬਹੁਤ ਜ਼ਿਆਦਾ ਸਪੋਰਟ ਹੈ। ਮਤਲਬ ਕਿ ਪਿਛਲੀ ਵਾਰੀ ਵੀ ਮੀਡੀਆ ਵਾਲਿਆਂ ਨੇ ਇਹਦੀ ਵੀਡੀਓ ਬਣਾਈ ਸੀ, ਕਿਸੇ ਨੇ ਸਾਨੂੰ ਅੱਜ ਤੱਕ ਕੋਈ ਸਪੋਰਟ ਨਹੀਂ ਕੀਤੀ ਬੱਚੇ ਨੂੰ, ਅਤੇ ਮੈਂ ਇਸ ਟਾਈਮ ਬਹੁਤ ਖੁਸ਼ ਹਾਂ ਕਿ ਬੱਚਾ ਸਾਡਾ ਦੁਬਾਰਾ ਗੋਲਡ ਲੈ ਕੇ ਆਇਆ, ਜਿੰਨੇ ਵੀ ਇਹਦੇ ਗੋਲਡ ਸਭ ਵੀ ਗੋਲਡ ਹੀ ਆ, ਸਾਰੇ ਗੋਲਡ ਹੀ ਗੋਲਡ ਹੀ। ਅਤੇ ਲੱਗਦਾ ਨਹੀਂ ਵੀ ਜੇ ਤੁਹਾਡੀ ਕੋਈ ਇੱਦਾਂ ਦੀ ਸਰਕਾਰ ਵੱਲੋਂ ਹੈਲਪ ਨਾ ਹੋਈ ਤਾਂ ਇਹ ਬੱਚਾ ਜਿਹੜਾ ਉਹ ਤੁਸੀਂ ਅੱਗੇ ਕਿਤੇ ਭੇਜਣ ਤੋਂ ਮਤਲਬ ਕਿ ਰੋਕ ਦੋਗੇ ਇਹਨੂੰ? ਅੱਜ ਤੱਕ ਤਾਂ ਇੱਦਾਂ ਦਾ ਕੁਝ ਨਹੀਂ ਸੋਚਿਆ, ਪਰ ਜੇ ਸਰਕਾਰ ਸਾਡੇ ਨਾਲ ਪੂਰੀ ਸਹਿਮਤ ਹੋਵੇ ਤਾਂ ਅਸੀਂ ਅੱਗੇ ਤੱਕ ਬੱਚੇ ਨੂੰ ਜ਼ਰੂਰ ਲੈ ਕੇ ਜਾਈਏ। ਮਾਤਾ ਜੀ ਕਿੱਦਾਂ ਲੱਗ ਰਿਹਾ ਅੱਜ ਪੋਤੇ ਨੇ ਬੜੇ ਗੋਲਡ ਮੈਡਲ ਗਲ ਦੇ ਵਿੱਚ ਪਾਏ ਦੇ ਆ? ਬੜੀ ਖੁਸ਼ੀ ਹੈ ਬਹੁਤ ਜ਼ਿਆਦਾ, ਪੋਤਾ ਸਾਡਾ ਅੱਗੇ ਜਾਏ, ਸਰਕਾਰਾਂ ਵੀ ਕੋਸ਼ਿਸ਼ ਕਰਨ, ਚਲੋ ਅੱਗੇ ਵਧੇ ਸਾਡਾ ਪੋਤਾ। ਹਾਂਜੀ, ਅੱਜ ਪੋਤਰੇ ਨੇ ਕਾਫੀ ਵੱਡੀ ਉਪਲਬਧੀ ਹਾਸਲ ਕੀਤੀ ਹੈ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਜੀ? ਬਹੁਤ ਖੁਸ਼ੀ ਹੋ ਰਹੀ ਹੈ ਜੀ, ਹਾਂ, ਅਤੇ ਦੁੱਖ ਵੀ ਹੈ ਥੋੜ੍ਹਾ ਜਿਹਾ, ਇੰਨੇ ਮੈਡਲ ਜਿੱਤੇ ਆ, ਇੰਨੀ ਮਿਹਨਤ ਕਰਦਾ ਹੈ, ਸਰਕਾਰ ਦਾ ਕੋਈ ਖਿਆਲ ਨਹੀਂ, ਕਿਸੇ ਮੰਤਰੀ ਦਾ, ਕਿਸੇ MLA ਦਾ, ਕਿਸੇ ਦਾ ਕੋਈ ਖਿਆਲ ਨਹੀਂ ਹੈ। ਦੇਖੋ ਜੀ, ਬੜੀ ਵੱਡੀ ਇੱਕ ਮਤਲਬ ਕਿ ਗੱਲ ਸੋਚਣ ਵਾਲੀ ਹੈ ਕਿ ਬੱਚੇ ਨੇ ਜਿੰਨੇ ਵੀ ਮੈਡਲ ਜੇ ਜਿੱਤੇ ਆ ਸਾਰੇ ਗੋਲਡ ਆ, ਕਈ ਬੱਚੇ ਸਿਲਵਰ ਲੈ ਕੇ ਆਉਂਦੇ ਆ ਜਾਂ ਕੋਈ ਉਹ ਲੈ ਕੇ ਆਉਂਦੇ, ਚਾਂਦੀ ਦੇ ਤਗਮੇ ਲੈ ਕੇ ਆਉਂਦੇ, ਲੇਕਿਨ ਬੱਚੇ ਦੇ ਗੱਲ ਦੇ ਵਿੱਚ ਜਿੰਨੇ ਵੀ ਮੈਡਲ ਪਏ ਦੇ ਸਾਰੇ ਗੋਲਡ ਦੇ ਆ, ਕਿੰਨੀ ਵੱਡੀ ਗੱਲ ਹੈ। ਸਰਕਾਰਾਂ ਦਾ ਕਿਉਂ ਨਹੀਂ ਇਸ ਵੱਲ ਧਿਆਨ ਜਾ ਰਿਹਾ, ਕਿਉਂ ਵੀ ਕੋਈ ਲੀਡਰ ਕਿਉਂ ਨਹੀਂ ਇਹਦੇ ਵੱਲ ਧਿਆਨ ਕਰ ਰਿਹਾ ਕਿ ਬੱਚੇ ਨੂੰ ਸਪੋਰਟ ਕਰਨ, ਤਾਂ ਜੋ ਬੱਚਾ ਜਿਹੜਾ ਅੱਗੇ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਕੇ ਲਿਆ ਕੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੇ? ਤੋ ਬੇਟਾ ਕੀ ਨਾਮ ਹੈ ਤੇਰਾ? ਬੇਟਾ ਰਵਨੀਤ ਸਿੰਘ। ਰਵਨੀਤ ਸਿੰਘ, ਪਹਿਲਾਂ ਵੀ ਪੁੱਤਰ ਕਾਫੀ ਮੈਡਲ ਲੈ ਕੇ ਆਏ ਆ, ਅੱਜ ਫਿਰ ਇਹ ਜਿਹੜਾ ਮੈਡਲ ਲੈ ਕੇ ਕਿੱਥੋਂ ਲੈ ਕੇ ਆਏ ਆ? ਇਹ ਗੋਆ ਤੋਂ। ਗੋਆ ਤੋਂ? ਹਾਂਜੀ। ਤੇ ਕਿੰਨਾ ਖਰਚਾ ਆਇਆ ਤੇਰਾ, ਕੌਣ ਨਾਲ ਗਿਆ ਸੀ ਤੇਰੇ? ਮੰਮਾ। ਬਾਈ ਟ੍ਰੇਨ ਗਏ ਸੀ? ਹਾਂਜੀ। ਟ੍ਰੇਨ ਕਿੰਨੇ ਦਿਨ ਲਗਾ ਗਿਆ ਜੀ ਉੱਥੇ? ਉੱਥੇ 4 ਦਿਨ। 4 ਦਿਨ ਰਹਿੰਦੇ ਕਿੱਥੇ ਸੀ? ਉੱਥੇ ਹੋਟਲ ਸੀ। ਤੇ ਹੋਟਲ ਦਾ ਜਿਹੜਾ ਖਰਚਾ ਸੀ ਉਹ ਕੌਣ ਕਰਦਾ ਸੀ? ਪਤਾ ਨਹੀਂ। ਕੋਈ ਪਤਾ ਨਹੀਂ, ਮੰਮਾ ਕਰਦੇ ਹੋਣਗੇ। ਅੱਛਾ, ਤੋ ਬੇਟਾ ਅੱਗੇ ਕੀ ਤੇਰੇ ਦਿਲ ਦੇ ਵਿੱਚ ਹੈ ਕੋਈ ਇੱਦਾਂ ਦਾ ਵੀ ਮੈਂ ਅੱਗੇ ਹੋਰ ਬਤਾ? ਹਾਂਜੀ। ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ? ਸਰਕਾਰ ਤੇਰੀ ਕੋਈ ਹੈਲਪ ਕੀਤੀ ਹੈ? ਨਹੀਂ ਜੀ। ਅੱਜ ਤੱਕ ਕਿਸੇ ਨੇ ਸਨਮਾਨਤ ਨਹੀਂ ਕੀਤਾ? ਨਾ। ਬਹੁਤ ਦੁੱਖ ਦੀ ਗੱਲ ਆ, ਬੱਚਾ ਬੇਸਮਝ ਹੈ, ਪਰ ਬੱਚੇ ਨੂੰ ਇੰਨੀ ਚੀਜ਼ ਦਾ ਨਹੀਂ ਪਤਾ ਹੈਗਾ ਵੀ ਮੇਰਾ ਖਰਚਾ ਕੌਣ ਕਰ ਰਿਹਾ। ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ, ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਾਂਗੇ ਕਿ ਇਸ ਬੱਚੇ ਦੀ ਜ਼ਰੂਰ ਕੋਈ ਹੈਲਪ ਕੀਤੀ ਜਾਵੇ, ਕਿਉਂਕਿ ਕਾਫੀ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਕਿ ਕਾਫੀ ਲੋਕਾਂ ਦੀਆਂ, ਬੇਸਹਾਰਾ ਲੋਕਾਂ ਦੀ ਮਦਦ ਵੀ ਕਰਦੀਆਂ। ਅਸੀਂ ਆਪਣੇ ਚੈਨਲ ਦੇ ਮਾਧਿਅਮ ਇੱਕ ਅਪੀਲ ਜ਼ਰੂਰ ਕਰਾਂਗੇ ਸਰਕਾਰ ਨੂੰ, ਔਰ ਜਿਹੜੇ ਨੁਮਾਇੰਦੇ ਹੈਗੇ ਆ ਉਹਨਾਂ ਨੂੰ ਅਪੀਲ ਕਰਾਂਗੇ ਇਸ ਬੱਚੇ ਦੀ ਜ਼ਰੂਰ ਕੋਈ ਅੱਗੇ ਆ ਕੇ ਬਾਂਹ ਫੜੋ, ਤਾਂ ਜੋ ਇਹ ਬੱਚਾ ਜੋ ਜਿਹੜੀ ਲਈ ਤੇ ਚੱਲਿਆ ਉਹ ਆਪਣੀ ਜਿਹੜੀ ਹੈ ਲੀ ਜਿਹੜੀ ਉਹ ਕਾਇਮ ਰੱਖੀ ਔਰ ਇਹਨਾਂ ਮੁਕਾਮ ਨੂੰ ਜਿਹੜਾ ਹਾਸਲ ਕਰਦਾ ਰਹੇ। ਤੋ ਮੈਡਮ ਨਾਲ ਗੱਲ ਫਿਰ ਕਰਦੇ ਹਾਂ, ਮੈਡਮ ਜੀ ਦੱਸ ਦਿਓ ਲਾਸਟ ਵਿੱਚ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਇਸ ਬੱਚੇ ਬਾਰੇ ਜੀ? ਮੈਂ ਇਹੀ ਅਪੀਲ ਕਰਨਾ ਚਾਹਤੀ ਹੂੰ ਕਿ ਦੇਖੋ, ਅਗਰ ਹਮ ਹਰਿਆਣਾ ਕੋ ਦੇਖੇ, ਪਾਸ ਵਾਲੀ ਸਟੇਟ ਮੇਂ ਸਪੋਰਟਸ ਵਹਾਂ ਪੇ ਬਹੁਤ ਜ਼ਿਆਦਾ ਹੈ,
ਅਗਰ ਬਾਹਰ ਬੱਚੇ ਖੇਡਣ ਜਾ ਰਹੇ ਹਰਿਆਣਾ ਸੇ ਜਾ ਰਿਹਾ, ਅਗਰ ਐਸੇ ਹੀ ਪੰਜਾਬ ਕੋ ਬੱਚੋਂ ਕੋ ਨਸ਼ੇ ਸੇ ਦੂਰ ਕਰਨਾ, ਉਸਕੇ ਲੀਏ ਹਮਾਰੀ ਪੰਜਾਬ ਸਰਕਾਰ ਕੋ ਵੀ ਜਾਗਨਾ ਪੜੇਗਾ। ਮੈਂ ਯਹੀ ਰਿਕੁਐਸਟ ਕਰਤੀ ਹੂੰ ਕਿ ਸਪੋਰਟਸ ਕੀ ਤਰਫ ਜਿਤਨਾ ਧਿਆਨ ਦੇਂਗੇ ਉਤਨਾ ਹੀ ਹਮਾਰਾ ਪੰਜਾਬ ਗਰੋਥ ਕਰੇਗਾ, ਕਿਉਂਕਿ ਪੰਜਾਬ ਕੇ ਬੱਚੇ ਤੋਂ ਬਾਹਰ ਜਾ ਰਹੇ ਹੈ। ਅਬ ਤੋ ਬਾਹਰ ਵਾਲੇ ਦੇਸ਼ੋਂ ਨੇ ਵੀ ਦਰਵਾਜ਼ੇ ਬੰਦ ਕਰ ਦੀਏ ਤੋ ਕਿਆ ਹੀ ਹੋਗਾ ਪੰਜਾਬ ਕੇ ਬੱਚੋਂ ਕਾ। ਬੱਚੇ ਜਿਤਨਾ ਪੰਜਾਬ ਮੇਂ ਕੁਛ ਇੱਕ ਟਾਈਮ ਸੇ ਨਸ਼ਾ ਬੜ ਰਿਹਾ ਹੈ, ਉਸਕੋ ਦੇਖ ਕਰਕੇ ਚਿੰਤਾ ਵੀ ਹੋ ਰਹੀ ਹੈ। ਸਰਕਾਰ ਕੋ ਯਹਾਂ ਕੀ ਸਰਕਾਰ ਕੋ ਜਾਗਨਾ ਹੀ ਪੜੇਗਾ, ਜਗਾ ਕਰਕੇ ਹੀ ਛੋੜੇਂਗੇ ਔਰ ਇਸ ਬੱਚੇ ਕੋ ਹਮ ਵੀ ਪ੍ਰਮੋਟ ਜ਼ਰੂਰ ਕਰੇਂਗੇ। ਐਸਾ ਨਹੀਂ ਹੈ ਕਿ ਇਹ ਰੇਨੂ ਕਸ਼ਯਪ ਮੈਮ ਕਾ ਬੱਚਾ ਹੈ ਤੋ ਇਹ ਕਹੀਂ ਨਾ ਕਹੀਂ ਇਸਕੀ ਬਾਜੂ ਛੋੜੇਂਗੇ ਨਹੀਂ। ਅਭੀ ਜਹਾਂ ਤੱਕ ਮਾਤਾ ਪਿਤਾ ਕਰਤੇ ਹੈ ਤੋ ਹਮ ਉਨਕੋ ਵੀ ਸਪੋਰਟ ਕਰੇਂਗੇ ਔਰ ਇਸ ਬੱਚੇ ਕੋ ਵੀ ਹਮ ਵਾਅਦਾ ਕਰਤੇ ਹੈ ਕਿ ਕਹੀਂ ਨਾ ਕਹੀਂ ਇਸਕੋ ਪੰਜਾਬ ਕਾ ਹੀਰੋ ਜ਼ਰੂਰ ਨਿਕਾਲੇਂਗੇ ਸਪੋਰਟਸ ਕੋ ਲੈ ਕਰਕੇ। ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਬੱਚਿਆਂ ਨੂੰ ਜਿਹੜਾ ਕਿ ਇੱਥੇ ਸਾਰੀਆਂ ਫੈਸਿਲਿਟੀਆਂ ਦਿੱਤੀ ਜਾਣਗੀਆਂ, ਲੇਕਿਨ ਦੁੱਖ ਦੀ ਗੱਲ ਹੈ ਕਿ ਬੱਚੇ ਕਿਉਂ ਪੰਜਾਬ ਛੱਡ ਕੇ ਜਿਹੜੇ ਬਾਹਰ ਫੋਰਨ ਕੰਟਰੀਆਂ ਵਿੱਚ ਜਾ ਰਹੇ ਨੇ। ਉਹਦਾ ਕਾਰਨ ਮੇਨ ਇਹੀ ਹੈ ਕਿ ਬੱਚਿਆਂ ਨੂੰ ਇੱਥੇ ਪੂਰੀ ਫੈਸਿਲਿਟੀ ਨਹੀਂ ਮਿਲਦੀ, ਜਿਹੜੀ ਮਿਹਨਤ ਕਰਦੇ ਨਾ ਉਹਦਾ ਵੀ ਉਹਨਾਂ ਨੂੰ ਪੂਰਾ ਮੁਲਤਾਨਾ ਨਹੀਂ ਮਿਲਦਾ ਆ। ਅਸੀਂ ਆਪਣੇ ਚੈਨਲ ਦੇ ਮਾਧਿਅਮ ਇੱਕ ਵਾਰੀ ਫਿਰ ਅਪੀਲ ਕਰਦੇ ਹਾਂ ਕਿ ਇਸ ਬੱਚੇ ਵੱਲ, ਖਾਸ ਕਰ ਰਵਨੀਤ ਜੋ ਕਿ 8 ਸਾਲ ਦਾ ਬੱਚਾ ਇੰਨੇ ਗੋਲਡ ਮੈਡਲ ਲੈ ਕੇ ਜਿਹੜਾ ਉਹ ਪਹੁੰਚਿਆ, ਇੰਨੇ ਗੋਲਡ ਮੈਡਲ ਜਿੱਤ ਚੁੱਕਿਆ, ਲੇਕਿਨ ਸਰਕਾਰਾਂ ਦਾ ਕਿਉਂ ਨਹੀਂ ਇਹਦੇ ਵੱਲ ਧਿਆਨ ਜਾ ਰਿਹਾ। ਅਸੀਂ ਆਪਣੇ ਵੱਲ ਜ਼ਰੂਰ ਅਪੀਲ ਕਰਾਂਗੇ ਇਸ ਬੱਚੇ ਵੱਲ ਉਹਦੀ ਬਾਂਹ ਫੜੀ ਜਾਵੇ ਤਾਂ ਜੋ ਇਹ ਬੱਚਾ ਦੇਸ਼ ਦਾ ਭਵਿੱਖ ਬਣ ਸਕੇ, ਦੇਸ਼ ਦਾ ਨਾਮ ਰੋਸ਼ਨ ਕਰ ਸਕੇ। ਕੈਮਰਾਮੈਨ ਬਿੱਟੂ ਦੇ ਨਾਲ ਡਾਕਟਰ ਰਮੇਸ਼ ਰੰਗਲੀਵੀ, ਪੰਜਾਬ ਨਿਊਜ਼, ਦੀਨਾਨਗਰ।